अखां च अथरू ते हथां च पुत्तर दी तस्वीर फड़ी है इस मां ने। पुत्तर नूं इराक तों मोड़ लियाउण दी गुहार लगा रही है। नंगल दे पिंड भलाण दा सदीर कशीबिया कमाई करन लई 2013 च चंडीगढ़ दे इक एजेंट राहीं इराक गया सी, पर अजे तक वापिस नहीं मुड़िया। इराक जाण तों 6 महीने बाद उसने फोन आउणे भी बंद हो गए। 2013 नूं ऐतवार रात 3:10 मिनट ते नवीं दिल्ली तों फ्लाइट सी उहदी। ਉਹਦਾ 6 ਮਹੀਨੇ ਤੱਕ ਸਾਡਾ ਕੰਟੈਕਟ ਜਿਹੜਾ ਚੱਲਦਾ ਰਿਹਾ ਅਤੇ ਉਸ ਤੋਂ ਬਾਅਦ ਸਾਡਾ ਕੰਟੈਕਟ ਬਿਲਕੁਲ ਹੀ ਬੰਦ ਹੋ ਗਿਆ। ਨਾ ਸਾਨੂੰ ਫੋਨ ਆਉਂਦਾ, ਨਾ ਕੋਈ ਗੱਲਬਾਤ ਹੁੰਦੀ ਹੈ। ਅਤੇ ਅਸੀਂ ਚਾਹੁੰਦੇ ਹਾਂ ਵੀ ਇਹ ਚੀਜ਼ ਦਾ ਸਾਰੀ ਦਾ ਪਤਾ ਕੀਤਾ ਜਾਵੇ, ਕਿਆ ਗੱਲ ਹੋਈ, ਕਿਆ ਨਹੀਂ ਹੋਇਆ, ਕਿਉਂ ਕੰਟੈਕਟ ਹੋਇਆ, ਮੁੰਡਾ ਕਿੱਥੇ ਹੈ। ਮਾਪਿਆਂ ਦਾ ਦੋਸ਼ ਹੈ ਕਿ ਏਜੰਟ ਗੱਲ ਤੋਂ ਵੀ ਮੁੱਕਰ ਗਿਆ ਏ। ਪਰਿਵਾਰ ਨੇ ਪ੍ਰਧਾਨ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਈਮੇਲ ਤੇ ਚਿੱਠੀਆਂ ਜ਼ਰੀਏ ਮਦਦ ਦੀ ਗੁਹਾਰ ਲਗਾਈ ਏ, ਪਰ ਅਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ। ਜੈ ਮਾਤਾ ਦੀ ਚੰਡੀਗੜ੍ਹ ਹੈਗਾ, 45 ਸੈਕਟਰ ਦੇ ਵਿੱਚ ਹੈਗਾ, ਉਹਦੇ ਥਰੂ ਭੇਜੀ ਸੀ। ਉਹਦੇ ਨਾਲ ਗੱਲਬਾਤ ਹੋਈ ਸੀ, ਉਹ ਕਹਿੰਦਾ ਮੈਂ ਮੁੱਕਰ ਗਿਆ ਸੀ, ਕਹਿੰਦਾ ਮੈਂ ਤਾਂ ਕਹਿੰਦਾ ਭੇਜਿਆ ਹੀ ਨਹੀਂ, ਕਹਿੰਦਾ ਹੈਗਾ। ਜਦਕਿ ਮੇਰੇ ਸਾਹਮਣਾ ਮੈਂ ਆਪ ਗਿਆ ਸੀ, ਭੇਜਿਆ ਪੈਸੇ ਦੇਣ ਗਏ ਸੀ। ਸੁਸ਼ਮਾ ਸਵਰਾਜ ਨੂੰ ਆਪਾਂ ਈਮੇਲ ਕੀਤਾ ਤੇ ਈਮੇਲ ਦਾ ਸਾਨੂੰ ਜਵਾਬ ਨਹੀਂ, ਫਿਰ ਆਪਾਂ ਚਿੱਠੀਆਂ ਭੇਜੀਆਂ ਸੀ। ਹੁਣ ਅਸੀਂ ਚਾਹੁੰਦੇ ਹਾਂ ਇਹਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ, ਉਹ ਕਿੱਥੇ ਗਿਆ, ਕਿੱਥੇ ਨਹੀਂ ਗਿਆ ਉਹ। ਕੁਝ ਸਮੇਂ ਪਹਿਲਾਂ ਇਰਾਕ 'ਚ ਮਾਰੇ ਗਏ 39 ਭਾਰਤੀਆਂ ਦੀ ਮੌਤ ਦੀ ਖਬਰ ਆਈ ਹੈ। ਪਰਿਵਾਰ ਦਾ ਦਿਲ ਬੈਠ ਗਿਆ ਕਿ ਮਾਪਿਆਂ ਨੂੰ ਡਰ ਹੈ ਕਿਤੇ ਉਹਨਾਂ ਦੇ ਬੱਚੇ ਨਾਲ ਵੀ ਕੋਈ ਅਣਹੋਣੀ ਨਾ ਹੋਈ ਹੋਵੇ। ਜੀ ਸਾਨੂੰ ਤਾਂ ਸੁਣ ਕੇ ਫਿਰ ਉਦਾਂ ਹੀ ਹੋਇਆ ਨਾ, ਸਾਡੇ ਮਨ ਨੂੰ ਵੀ ਸਾਨੂੰ ਤਾਂ ਬਹੁਤ ਜ਼ਿਆਦਾ ਉਹ ਹੋਇਆ ਹੈਗਾ ਵੀ ਸਾਡਾ ਕਾਕਾ ਵੀ ਪਤਨੀ ਕਿੱਦਾਂ ਹੈਗਾ, ਕਿੱਦਾਂ ਨਹੀਂ, ਕਿਹੜੀ ਨਸੀਬਤ ਵਿੱਚ ਹੈਗਾ, ਕਿਹੜੀ 'ਚ ਨਹੀਂ ਹੈਗਾ। ਪਰਿਵਾਰ ਨੇ ਪੰਜਾਬ ਤੇ ਭਾਰਤ ਸਰਕਾਰ ਨੂੰ ਗੁਹਾਰ ਲਗਾਈ ਕਿ ਜਲਦ ਹੀ ਉਹਨਾਂ ਦੇ ਪੁੱਤਰ ਦੀ ਖਬਰ ਲਗਾ ਕੇ ਉਸ ਨੂੰ ਵਾਪਿਸ ਲਿਆਂਦਾ ਜਾਵੇ।